ਹੈਲੋ ਦੋਸਤੋ ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਆਂ ਵਾਸਤਵਿਕ ਸੰਖਿਆਵਾਂ ਰੀਅਲ ਨੰਬਰਸ ਦੇ ਅਗਲਾ ਟੌਪਿਕ ਪ੍ਰਿਮੇਕਰਨ ਰੈਸ਼ਨਲਾਈਜੇਸ਼ਨ ਤੇ ਗੱਲ ਕਰਨ ਜਾ ਰਹੇ ਆ ਕਿ ਹੁੰਦਾ ਹੈ ਕਿਵੇਂ ਹੱਲ ਕਰਨਾ ਹੈ ਸ਼ਾਰਟ ਤਰੀਕੇ ਚ ਆਪਾਂ ਕਿਵੇਂ ਟੈਕਲ ਕਰਨਾ ਹੈ ਕਾਫੀ ਗੱਲਾਂ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਪ੍ਰਿਮੇਕਰਨ ਰੈਸ਼ਨਲਾਈਜੇਸ਼ਨ ਹੁੰਦਾ ਕੀ ਹੈ ਆਪ ਪ੍ਰਿਮੇ ਸੰਖਿਆ ਨੂੰ ਪਰਿਮੇਯ ਸੰਖਿਆ ਵਿੱਚ ਬਦਲਣ ਦਾ ਜੋ ਪ੍ਰੋਸੈਸ ਹੈ ਪ੍ਰਕਿਰਿਆ ਉਹਨੂੰ ਕੀ ਬੋਲਦੇ ਨੇ ਪਰਿਮੇਕਰ ਬੋਲਦੇ ਆ ਪਰਿਮੇਯ ਸੰਖਿਆ ਇਰੈਸ਼ਨਲ ਨੰਬਰ ਨੂੰ ਜਦੋਂ ਰੈਸ਼ਨਲ ਨੰਬਰ ਚ ਬਦਲਿਆ ਜਾਂਦਾ ਹੈ ਤਾਂ ਉਹ ਜਿਹੜਾ ਬਦਲਣ ਦਾ ਪ੍ਰੋਸੈਸ ਹੈ ਉਹਨੂੰ ਕੀ ਬੋਲਦੇ ਆ ਰੈਸ਼ਨਲਾਈਜੇਸ਼ਨ ਹੁਣ ਕੁਐਸਚਨ ਨੂੰ ਕਿਵੇਂ ਬਦਲਿਆ ਜਾਂਦਾ ਹੈ ਤਾਂ ਇੱਥੇ ਆਪਾਂ ਗੁਣਾ ਕਰਦੇ ਆ ਇੱਕ ਹੋਰ ਅਪਰਿਮੇਯ ਸੰਖਿਆ ਨਾਲ ਇੱਕ ਹੋਰ ਅਪਰਮੇ ਸੰਖਿਆ ਦੇ ਨਾਲ ਗੁਣਾ ਕਰਦੇ ਹਾਂ ਜਿਸ ਨੂੰ ਬੋਲਦੇ ਨੇ ਕਿ ਫੈਕਟਰ ਗੁਨਨਖੰਡ ਜਿਸ ਨੂੰ ਬੋਲਦੇ ਨੇ ਫੈਕਟਰ ਰੈਸਟ ਲਾਈਜ਼ਿੰਗ ਫੈਕਟਰ ਪ੍ਰਾਇਮੇ ਗੁਨਨਖੰਡ ਹੁਣੇ ਹੁੰਦਾ ਕੀ ਹੈ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ ਬੜਾ ਆਸਾਨ ਜਿਹਾ ਤਰੀਕਾ ਹੈ ਅਗਰ ਕੋਈ ਅੰਡਰੂਟ ਵਾਲੀ ਸੰਖਿਆ ਆ ਗਈ ਅੰਡਰੂਟ a ਅੰਡਰੂਟ b ਕੋਈ ਵੀ ਆ ਗਈ ਤਾਂ ਜਦੋਂ ਆਪਾਂ ਅੰਡਰੂਟ a ਦੀ ਅੰਡਰੂਟ a ਨਾਲ ਗੁਣਾ ਕਰਾਂਗੇ ਆਪਾਂ ਨੂੰ ਪਤਾ ਹੈ ਅੰਡਰੂਟ ਕੀ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਤਾਂ ਇਹ ਹੋ ਗਈ ਆਪਣੇ ਕੋਲੇ ਸੰਖਿਆ ਇਹ ਹੋ ਗਿਆ ਇਹਦਾ ਫੈਕਟਰ ਗੁਨਨਖੰਡ ਆ ਹੱਲ ਕਰਕੇ ਆ ਗਿਆ ਤਾਂ ਫਿਰ ਅੰਡਰ ਰੂਟ ਵਾਲੀ ਸੰਖਿਆ ਦਾ ਜਿਹੜਾ ਪ੍ਰਿਮੇ ਫੈਕਟਰ ਹੁੰਦਾ ਹੈ ਰੈਸ਼ੀਅਲਾਈਜ਼ਿੰਗ ਫੈਕਟਰ ਹੁੰਦਾ ਪ੍ਰਿਮੇ ਗੁਨਨਖੰਡ ਹੁੰਦਾ ਕਿਹੜਾ ਹੁੰਦਾ ਹੈ ਅੰਡਰ ਰੂਟ ਉਦਾਹਰਣ ਅੰਡਰ ਰੂਟ 2 ਦਾ ਗੁਨਨਖੰਡ ਅੰਡਰ ਰੂਟ 2 ਅੰਡਰ ਰੂਟ 3 ਦਾ ਅੰਡਰ ਰੂਟ 3 ਪਰੰਤੂ ਮੰਨ ਲਓ ਅੰਡਰ ਰੂਟ 12 ਆ ਗਿਆ ਤਾਂ ਅੰਡਰ ਰੂਟ 12 ਦਾ ਅੰਡਰ ਰੂਟ 12 ਨਹੀਂ ਇਹਨੂੰ ਪਹਿਲਾਂ ਸਿੰਪਲੀਫਾਈ ਕਰਨਾ ਹੈ ਇਹਨੂੰ ਸਰਲ ਕਰਨਾ ਹੈ ਜੋ ਸਲਤਮ ਰੂਪ ਆਪਾਂ ਪਿਛਲੇ ਲੈਕਚਰਾਂ 'ਚ ਗੱਲ ਕੀਤੀ ਸੀ ਇੱਕ ਸਾਂਝਾ 2 ਅੰਡਰ ਰੂਟ 3 ਆ ਗਿਆ ਤਾਂ ਫਿਰ ਹੁਣ ਇੱਥੇ ਅੰਡਰ ਰੂਟ ਸਿਰਫ ਇਸ ਤੇ ਐ ਤਾਂ ਜਿਹੜਾ ਇਹਦਾ ਗੁਨਨਖੰਡ ਆ ਗਿਆ ਕੀ ਆ ਗਿਆ ਅੰਡਰ ਰੂਟ 3 ਆ ਗਿਆ ਤਾਂ ਅੰਡਰ ਰੂਟ 12 ਦਾ ਜਿਹੜਾ ਗੁਨਨਖੰਡ ਹੋਊ ਆਪਾਂ ਜਿਹੜੇ ਰੈਸ਼ੀਨਸਿੰਗ ਫੈਕਟਰ ਦੀ ਗੱਲ ਕਰਨੀ ਐ ਉਹ ਕੀ ਹੋਊਗਾ ਅੰਡਰ ਰੂਟ 3 ਪਹਿਲਾਂ ਆਪਾਂ ਇਹਨੂੰ ਕੀ ਕਰਾਂਗੇ ਸਿੰਪਲੀਫਾਈ ਕਰਾਂਗੇ ਉਸ ਤੋਂ ਬਾਅਦ ਚੈੱਕ ਕਰਾਂਗੇ ਉਦਾਹਰਨ ਵਿੱਚ ਹੋਰ ਲੈ ਰਿਹਾ ਮੰਨ ਲਓ ਅੰਡਰ ਰੂਟ 56 ਆ ਗਿਆ ਇਹ ਹੋ ਗਿਆ 2 2 2 7 ਆ ਬਾਹਰ ਆ ਗਿਆ ਪਿੱਛੇ ਆ ਇਕੱਲਾ ਇਕੱਲਾ ਕੀ ਬਚ ਗਿਆ ਅੰਡਰ ਰੂਟ 14 ਤਾਂ ਫਿਰ ਇਹਦਾ ਗੁਨਨਖੰਡ ਕੀ ਹੋਊਗਾ ਅੰਡਰ ਰੂਟ 14 ਤਾਂ ਸਭ ਤੋਂ ਪਹਿਲਾਂ ਅਗਰ ਕੋਈ ਅਨਰਟਾਲੀ ਸੰਖਿਆ ਆ ਗਈ ਉਹਦਾ ਜੋ ਪ੍ਰਿਮੇય ਗੁਨਨਖੰਡ ਹੈ ਰੈਸ਼ੀਅਲਾਈਜ਼ਿੰਗ ਫੈਕਟਰ ਹੈ ਉਹ ਕਿਵੇਂ ਕੱਟ ਸਕਦੇ ਆ ਸਿੰਪਲੀਫਾਈ ਕਰੋ ਉਸ ਤੋਂ ਬਾਅਦ ਕੱਟ ਸਕਦੇ ਆ ਨੰਬਰ 2 ਹੁਣ ਆਪਾਂ ਗੱਲ ਕਰਨੀ ਹੈ ਕਯੂਬ ਰੂਟ ਦੀ ਇੱਥੇ ਦੋ ਆਪਸ਼ਨਸ ਹੈ ਯਾ ਕਯੂਬ ਰੂਟ a ਘਣਮੂਲੇ याक काणमूल a² ਕਿਉਂਕਿ ਦੇਖੋ ਹੁਣ ਇਹਨੂੰ ਪਰਿਮੇਜ ਬਦਲਣ ਦੇ ਲਈ ਇਕੱਲੇ a 'ਚ ਬਦਲਣ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ a ਦੀ ਦੋ ਨਾਲ ਗੁਣਾ ਕਰ ਦੇਪੂ ਕਿਉਂਕਿ ਉਹਦੇ a ਦੀ ਘਾਤ ਕੀ ਹੈ 1 ਹੈ ਜਦੋਂ ਆਪਾਂ ਗੁਣਾ ਕਰਾਂਗੇ ਇਹ ਕੀ ਬਣ ਗਿਆ a ਦੀ ਘਾਤ 3 ਬਣ ਗਿਆ ਕਣਮੂਲ ਦੇ ਨਾਲ 3 ਖਤਮ ਇਕੱਲਾ a ਰਹਿ ਗਿਆ ਤਾਂ ਫਿਰ ਇਹਦਾ ਜਿਹੜਾ ਪਰਿਮੇય ਗੁਨਨਖੰਡ ਹੈ ਰੈਸ਼ੀਅਲਾਈਜ਼ਿੰਗ ਫੈਕਟਰ ਹੈ ਉਹ ਕਿਹੜਾ ਹੋ ਗਿਆ ਕਣਮੂਲ² ਤੇ ਕਣਮੂਲ a² ਦਾ ਫਿਰ ਕੀ ਹੋ ਗਿਆ ਕਣਮੂਲੇ ਮਤਲਬ a ਇਸ ਨੂੰ ਕਿਹੜੀ ਛੋਟੀ ਤੋਂ ਛੋਟੀ ਅਪਰਮੇ ਸੰਖਿਆ ਨਾਲ ਗੁਣਾ ਕੀਤਾ ਜਾਵੇ ਕਿ ਇਹ ਪਰਿਮੇ ਸੰਖਿਆ ਬਣ ਜਾਵੇ ਉਹ ਕਿਹੜੀ ਸੰਖਿਆ ਹੁੰਦੀ ਉਹਨੂੰ ਕੀ ਬੋਲਦੇ ਨੇ ਰੈਸ਼ਨਲਾਈਜ਼ਿੰਗ ਫੈਕਟਰ ਉਦਾਹਰਨ ਦੇਖੋ ਅਗਰ ਕਣਮੂਲ 4 ਹੈ ਇਹਨੂੰ ਹੱਲ ਕੀਤਾ ਇਹ ਹੋ ਗਿਆ 2 ਦੀ ਘਾਤ 2 ਤਾਂ ਇਹਨੂੰ ਕਿੰਨੇ ਨਾਲ ਗੁਣਾ ਕਰੀਏ ਫਿਰ ਆਪਾਂ 2 ਦੀ ਘਾਤ 1 ਨਾਲ ਜਦੋਂ ਆਪਾਂ ਇਹਨਾਂ ਗੁਣਾ ਕਰਾਂਗੇ ਕੀ ਹੋ ਜਾਣਾ ਹੈ 2 ਦੀ ਘਾਤ 2 2 ਦੀ ਘਾਤ 1 2 ਦੀ ਘਾਤ 3 ਘਾਤ ਨਾਲ ਕਰਨ ਮੂਲ ਕੱਟ ਗਿਆ ਪਿੱਛੇ ਕਿੰਨਾ ਆ ਗਿਆ ਆਪਣੇ ਕੋਲੇ ਆਨਸਰ 2 ਆ ਗਿਆ ਤਾਂ ਘਣਮੂਲ ਦਾ ਜੋ ਤਰੀਕਾ ਹੈ ਓਏ ਅਗਰ ਉਹਨੂੰ ਪਹਿਲਾਂ ਸਿੰਪਲੀਫਾਈ ਕਰੋ ਕਿਉਂਕਿ ਆਪਾਂ ਤਿੰਨ ਘਾਤ ਪੂਰੀ ਕਰਨੀ ਹੈ ਇਹ ਅਸਲ ਵਿੱਚ ਪਤਾ ਕਿਹੜਾ ਕੁਸ਼ਚਨ ਹੈ ਆਪਾਂ 8ਵੀਂ ਕਲਾਸ ਜੋ ਕੀਤਾ ਹੋਇਆ ਹੈ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਗੁਣਾ ਕਰੀਏ ਕਿ ਇਹ ਸੰਖਿਆ ਪੂਰਨ ਘਣ ਬਣ ਜਾਵੇ ਯਾਦ ਕਰੋ ਆਪਾਂ ਘਣ ਤੇ ਕਣ ਮੂਲ ਵਾਲੇ ਚੈਪਟਰ ਕੀਤਾ ਸੀ ਇਹ ਉਹ ਟੌਪਿਕ ਹੈ ਬੇਸਿਕਲੀ ਉਦਾਹਰਣ ਹੋਰ ਲੈ ਰਹੇ ਹਾਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਮੈਂ ਹੋਰ ਲੈ ਕੇ ਚੱਲ ਰਹੇ ਹਾਂ ਤਾਂ ਕਿ ਕੁਸ਼ਚਨ ਜ਼ਿਆਦਾ ਕਲੀਅਰ ਹੋ ਜਾਏ ਘਣ ਮੂਲ 54 ਗੁਨਨਖੰਡ ਬਣਾਏ 2 3 3 3 ਪਹਿਲਾਂ ਸਿੰਪਲੀਫਾਈ ਕਰਨਾ ਹੈ ਕਣਮੂਲ ਦੇ ਵਿੱਚੋਂ ਆ ਬਾਹਰ ਪਿਛੇ ਆ ਬਚ ਗਿਆ ਹੁਣ ਇਹ ਹੈਗਾ 2 ਦੀ ਘਾਤ 1 ਤਾਂ ਕਿੰਨੇ ਨਾਲ ਗੁਣਾ ਕਰਾਂਗੇ ਇਹਦੀ ਕਣਮੂਲ 2 ਦੀ ਘਾਤ 2 ਨਾਲ ਤਾਂ ਫਿਰ ਇਹਦਾ ਜਿਹੜਾ ਰੈਸ਼ੀਨਲਾਈਜ਼ਿੰਗ ਫੈਕਟਰ ਹੈ ਉਹ ਕੀ ਹੋ ਗਿਆ ਕਣਮੂਲ 4 ਤਾਂ ਇਸ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਕੁਐਸਚਨਸ ਨੂੰ ਹੱਲ ਕਰਨਾ ਹੈ ਇਹਦਾ ਸੀ ਆਪਣੇ ਕੋਲੇ ਅਗਰ ਇੱਕ ਸੰਖਿਆ ਮਨੋਮੀਅਲ ਆਪਾਂ ਕਹਿੰਦੇ ਇੱਕ ਪਦੀ ਦਿੱਤੀ ਹੋਈ ਸੀ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਆਪਾਂ ਬਾਈਨੋਮੀਅਲ ਦੀ ਗੱਲ ਕਰਨੀ ਹੈ ਅਗਰ ਦੋ ਪਦੀਆਂ ਦਿੱਤੀਆਂ ਦੋ ਰਕਮਾਂ ਦਿੱਤੀਆਂ ਪਹਿਲਾਂ ਆਪਾਂ ਗੱਲ ਕਰਾਂਗੇ ਸਕੁਅਰ ਰੂਟ ਦੇ ਵਰਗਮੂਲਾ ਲਈ ਤੇ ਅੰਡੂਟੇ ਪਲੱਸ ਅੰਡੂਟ ਬੀ ਅੰਡੂਟੇ ਮਾਈਨਸ ਅੰਡੂਟ ਬੀ a 1d b a 1d b √a b ਉਹ ਜਿਵੇਂ ਮਰਜ਼ੀ ਲਿਖ ਸਕਦੇ ਆਪਾਂ ਨੂੰ ਇਸ ਤਰ੍ਹਾਂ ਦੀਆਂ ਛੇ ਸੰਖਿਆਵਾਂ ਜਿੰਨੀਆਂ ਮਰਜ਼ੀ ਬਣਾ ਸਕਦੇ ਆ ਹੁਣ ਇਹਨੂੰ ਕਿੰਨੇ ਨਾਲ ਕਿਹੜੇ ਸੰਖਿਆ ਨਾਲ ਗੁਣਾ ਕਰੀਏ ਕਿ ਜਿਹੜਾ ਵਰਗ ਹੈ ਖਤਮ ਹੋ ਜਾਏ ਇੰਨਾ ਕੇਸਾਂ ਦੇ ਵਿੱਚ ਇੱਕ ਯਾਦ ਰੱਖਣਾ ਆਪਾਂ ਹਮੇਸ਼ਾ ਇਹ ਫਾਰਮੂਲਾ ਬਣਾਵਾਂਗੇ ਕਿਉਂ ਕਿ ਆਪਣੇ ਕੋਲ ਇੱਥੇ ਵਰਗ ਬੁੱਲ ਨੇ ਤੇ ਜਦੋਂ ਆਪਾਂ ਇਕੱਲੇ-ਇਕੱਲੇ ਦੀ ਦੋ ਘਾਤ ਕਰਾਂਗੇ ਤਾਂ ਆਟੋਮੈਟਿਕਲੀ ਕੀ ਹੋ ਜਾਣਾ ਫਿਰ ਉਹ वर्गमूल खत्म हो जाने। ਤਾਂ ਫਿਰ ਇਹ ਹੁਣ ਇਹ ਫਾਰਮੂਲਾ ਆਪਾਂ ਨੂੰ ਪਤਾ ਹੈ ki (a-b)(a+b) ਇਹੀ ਹੈ ਨਾ? ਤਾਂ ਜੇ ਤਾਂ ਪਲੱਸ ਵਾਲੀ ਸੰਖਿਆ ਹੈ ਤਾਂ ਆਪਾਂ ਗੁਣਾ ਕਿਹਦੇ ਨਾਲ ਕਰਦਾਂਗੇ ਇਹਦੀ? ਮਾਈਨਸ ਵਾਲੀ ਸੰਖਿਆ ਨਾਲ ਸਿਰਫ ਵਿਚਕਾਰਲਾ ਨਿਸ਼ਾਨ ਬਦਲਣਾ ਹੈ। ਅਗਰ ਮਾਈਨਸ ਵਾਲੀ ਹੈ ਫਿਰ ਆਪਾਂ ਕਿਹਦੇ ਨਾਲ ਕਰਦਾਂਗੇ? ਪਲੱਸ ਨਾਲ। ਅਗਰ ਪਲੱਸ ਹੈ ਇਹਦਾ ਗੁਨਨਖੰਡ ਕੀ ਬਣ ਗਿਆ? (a-b)(a+b) ਇਹਦਾ ਮਾਈਨਸ ਹੈ ਇਹਦਾ ਕੀ ਬਣ ਗਿਆ ਪਲੱਸ ਇਹਦਾ ਪਲੱਸ ਹੈ ਇਹਦਾ ਕੀ ਬਣ ਗਿਆ ਮਾਈਨਸ ਇਹਦਾ ਮਾਈਨਸ ਹੈ ਇਹਦਾ ਕੀ ਬਣ ਗਿਆ ਪਲੱਸ ਤਾਂ ਜਿਹੜੇ ਮੈਂ ਉਰੇ ਲਾਲ ਮਾਰਕਰ ਨਾਲ ਲਿਖਿਆ ਹੈ ਉਹ ਇਹਨਾਂ ਦੇ ਕੀ ਨੇ ਪਰਿਮੇਯ ਗੁਨਨਖੰਡ ਦੇਖੋ ਕਿਵੇਂ ਹੁਣ ਜਦੋਂ ਪਹਿਲੇ ਚ ਦੇਖਦੇ ਆਪਾਂ ਪਹਿਲੀ ਆ ਸੰਖਿਆ ਆਪਣੇ ਕੋਲੇ ਜਦੋਂ ਆਪਾਂ ਇਹਦੀ ਗੁਨਨਖੰਡ ਨਾਲ ਗੁਣਾ ਕੀਤੀ ਤਾਂ ਕੀ ਹੋਇਆ ਪਹਿਲੀ ਰਕਮ ਦੀ ਦੋ ਮਾਈਨਸ ਦੋ ਜੀ ਰਕਮ ਦਿੱਤੋ ਦੋ ਘਾਤਾਂ ਵਰਗਮੂਲ ਕੱਟ ਗਿਆ ਪਿੱਛੇ ਬਚ ਗਿਆ a b ਇਹ ਕਿਹੜੀ ਸੰਖਿਆ ਬਚ ਗਈ ਬਿਨਾ ਅੰਡਰਟੂ ਬਚ ਗਈ ਤਾਂ ਇਹ ਬਚ ਗਈ ਪਰਿਮੇਯ ਸੰਖਿਆ ਤਾਂ ਸੇਮ ਚੀਜ਼ ਹੈ ਆਪਾਂ ਜਦੋਂ ਇਹਨਾਂ ਦੀ ਗੁਣਾ ਕਰਾਂਗੇ ਤਾਂ ਆਪਣੇ ਕੋਲ ਫਿਰ ਕੀ ਹੋ ਜਾਣਾ ਹੈ ਜਿਹੜੀ ਸੰਖਿਆ ਬਚ ਜਾਨੀ ਹੈ ਉਹ ਪਰਿਮੇਯ ਸੰਖਿਆ ਬਚ ਜਾਨੀ ਹੈ ਤਾਂ ਜਦੋਂ ਵਰਗਮੂਲ ਦੇ ਵਿੱਚ ਦੋ ਪਦੀ ਆ ਗਈ ਤਾਂ ਆਪਾਂ ਸਿਰਫ ਵਿਚਕਾਰਲਾ ਨਿਸ਼ਾਨ ਬਦਲ ਕੇ ਪਲੱਸ ਹੈ ਮਾਈਨਸ ਕਰ ਦਾਂਗੇ ਤੇ ਜੇ ਮਾਈਨਸ ਹੈ ਪਲੱਸ ਕਰ ਦਾਂਗੇ ਤੇ ਆਪਾਂ ਉਸ ਨੂੰ ਕੀ ਕਰ ਸਕਦੇ ਹਾਂ ਹੱਲ ਕਰਾਂਗੇ ਅੱਗੇ ਚੱਲਦੇ ਆਂ ਆਪਾਂ ਕਯੂਬ ਰੂਟ ਆ ਗਿਆ ਕਿਉਂਕਿ ਇਹ ਆਪਣੇ ਬੁੱਕ 'ਚ ਨਹੀਂ ਹੈਗਾ ਇੱਕ ਨੌਲੇਜ ਲਈ ਦੱਸ ਰਿਹਾ ਮੈਂ ਅਗਰ ਵਰਗਮੂਲ ਸੀ a ਦੀ 2 b ਦੀ 2 ਤੇ ਜੇ ਘਣਮੂਲ ਹੈ a ਦੀ 3 b ਦੀ 3 ਜਾਂ a ਦੀ 3 b ਦੀ 3 ਇਹ ਕਿਹਦੇ ਬਰਾਬਰ ਹੋਣਾ ਹੈ ਫਾਰਮੂਲਾ a b a ਦੀ ਦੋ ab b ਦੀ ਦੋ a b a ਦੀ ਦੋ ab b ਦੀ ਦੋ ਤਾਂ ਇਸ ਅਕੋਰਡਿੰਗ ਆਪਾਂ ਦੇਖੋ ਇਹਦਾ ਗੁਨਨਖੰਡ ਇਹ ਹੈ ਇਹਦਾ ਗੁਨਨਖੰਡ ਇਹ ਹੈ ਤਾਂ ਆਪਾਂ ਨੂੰ ਫਿਰ ਕਿਵੇਂ ਦਿੱਤਾ ਹੋ ਸਕਦਾ ਕਣਮੂਲ a ਕਣਮੂਲ b ਦਿੱਤਾ ਇਨ ਕੇਸ ਤਾਂ ਇਹਦਾ ਗੁਨਨਖੰਡ ਕੀ ਬਣੂ ਆ ਦੇਖੋ ਸਪੋਜ਼ ਇਹ a ਹੈ ਆ b ਹੈ ਤਾਂ ਕਿ a ਦੀ ਥਾਂ ਤੇ ਕੰਨਮੁਲ a ਆ ਗਿਆ b ਦੀ ਥਾਂ ਤੇ ਕੰਨਮੁਲ b ਆ ਗਿਆ ਤਾਂ ਗੁਨਨਖੰਡ ਕੀ ਬਣਨਾ ਹੈ ਪਹਿਲੀ ਰਕਮ ਦੀ ਦੋ ਪਹਿਲੀ ਰਕਮ ਗੁਣਾ ਦੂਜੀ ਰਕਮ ਸੌਰੀ ਪਲੱਸ ਆਇਥੇ ਪਲੱਸ ਦੂਜੀ ਰਕਮ ਦੀ ਦੋ ਤਾਂ ਫਿਰ ਜੇ ਇਹਨੂੰ ਹੱਲ ਕਰਾਂਗੇ ਤਾਂ ਆਪਣੇ ਕੋਲ ਆ ਜਾਣਾ ਆਹਾ ਆਹਾ ਇਹਦਾ ਪਰਮੇਈ ਗੁਨਨਖੰਡ ਹੈ ਸੇਮ ਅਗਰ ਮਾਈਨਸ ਆ ਗਿਆ अगर आ गया माइनस तो की करा फिर पहली रकम दी दो प्लस पहली रकम गुना दूसरी रकम प्लस दूसरी रकम दी दो तो अपना जोड़ा आंसर है यह है एक छोटा सा का क्वेश्चन कन दो प्लस कन मुल पंच द रैशनलाइजिंग फैक्टर परिमेई गुणनखंड दसो आ ए है है आ बी ए प्लस बीता की हो गया ए दी दो, -ab +b ਦੀ ਦੋ ਆ ਦੋ ਕਾਥ ਦੋ ਦੇ ਅੰਦਰ ਚਲੀ ਜਾਨੀਏ ਕਿਉਂਕਿ ਘਣਮੂਲ ਤੇ ਕੋਈ ਫਰਕ ਨਹੀਂ ਪੈਣਾ 2*2=4 ਘਣਮੂਲ 10 5*5=25 ਤਾਂ ਜਿਹੜਾ ਇਹਦਾ ਪ੍ਰਮੇਯ ਗੁਨਨਖੰਡ ਹੈ ਉਹ ਕੀ ਆ ਗਿਆ ਇਹ ਆ ਗਿਆ ਤਾਂ ਦੋਸਤੋ ਜਿਹੜੀ ਆਪਾਂ ਅੱਜ ਗੱਲ ਕੀਤੀ ਹੈ ਇਸ ਟਾਪਿਕ ਦੇ ਵਿੱਚ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਉਹ ਆਪਾਂ ਪਹਿਲੇ 파ਰਟ ਦੀ ਆ ਪਰਮੇਯ ਸੰਖਿਆ ਦਾ ਜੋ ਬੇਸ ਹੈ ਪਰਮੇਈ ਗੁਨਨ ਖੰਡ ਰੈਸ਼ੀਨਲਾਈਜ਼ਿੰਗ ਫੈਕਟਰ ਐਕਚੁਅਲੀ ਹੁੰਦਾ ਕੀ ਹੈ ਜਦੋਂ ਤੱਕ ਆਪਾਂ ਨੂੰ ਇਹ ਨਹੀਂ ਪਤਾ ਚੱਲੂਗਾ ਆਪਾਂ ਅਗੇ ਕੁਐਸਚਨ ਨੂੰ ਡੀਲ ਨਹੀਂ ਕਰ ਸਕਦੇ ਤਾਂ ਅਸੀਂ ਅੱਜ ਆਪਣਾ ਪਹਿਲਾ ਟਾਪਿਕ ਪਰਮੇਈ ਗੁਨਨ ਖੰਡ ਇਕਪਦੀ ਦਾ ਮਨੋਮੀਅਲ ਮਨੋਮੀਅਲ ਦੇ ਵਿੱਚ ਕੀ ਕੀ ਆ ਗਿਆ ਦੇਖੋ ਮੈਂ ਰਿਪੀਟ ਕਰ ਰਿਹਾ ਇਸ ਚੀਜ਼ ਨੂੰ ਕਨਸੈਪਟ ਕੀ ਹੈ ਦੇਖੋ ਆਪਣਾ ਇਹ ਬੇਸਿਕਲੀ ਜੋ ਤੁਸੀਂ ਸਮਝ ਲੈ ਆਪਾਂ ਜਿਸ ਤੇ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਇਕਪਦੀ ਹੈ ਵਰਗਮੂਲ ਵਰਗਮੂਲ ਚ ਆ ਗਿਆ ਅਨਰੂਟੇ ਤਾਂ ਉਹਦਾ ਹੋ ਗਿਆ ਅਨਰੂਟੇ ਜਾਂ ਆਪਾਂ ਕਹਿ ਸਕਦੇ ਆ ਏ ਅਨਰੂਟ ਬੀ ਸਿੰਪਲੀਫਾਈ ਫਾਰਮ ਕਰਦਗੇ ਤਾਂ ਉਹ ਹੋ ਗਿਆ ਅਨਰੂਟ ਬੀ ਅਗਰ ਘਣਮੂਲ ਚ ਗੱਲ ਕਰੀਏ ਘਣਮੂਲ ਏ ਦਾ ਹੋ ਗਿਆ ਘਣਮੂਲ ਏ ਦੀ 2 ਤੇ ਘਣਮੂਲ ਏ ਦੀ 2 ਦਾ ਹੋ ਗਿਆ ਘਣਮੂਲ ਏ ਆਪਾਂ ਨੂੰ ਸੰਖਿਆ ਦਿੱਤੀ ਹੋਈ ਹੈ ਤੇ ਆ ਆਪਣੇ ਕੋਲੇ ਉਹ ਦੇਖੀ ਹੋਗੇ ਫੈਕਟਰਸ ਦੋ ਪਦੇ ਚ ਗੱਲ ਕਰੀਏ गल करिए वर्ग मूल अनरूट ए प्लस माइनस अनरुट बी अगर प्लस है तो माइनस हो जाओ अगर माइनस है प्लस हो जाओ या ए प्लस माइनस अनरूट बी प्लस है माइनस हो जाओ माइनस है प्लस हो जाओ या अरूट ए प्लस माइनस बी प्लस है माइनस हो जाओ माइनस है प्लस हो जाओ अगर आपन मुल की गल करिएन मुल ए प्लस घन बी ए प्लस बी पहली दी दो माइनस पहली दूजी प्लस दूजी दो अगर आप माइनस दे करिए फिर उत् आ गया पहली दी दो फॉर्मूला बन रहा है प्लस पहली दूजी प्लस बी दी दो ਪਰ ਮੇਰੀ ਗੁਨਨ ਖਣ ਰੈਸ਼ਨਲਾਈਜ਼ਿੰਗ ਫੈਕਟਰ ਤਾਂ ਇਸ ਨੂੰ ਕਿਵੇਂ ਆਪਾਂ ਸੋਲਵ ਕਰਨਾ ਹੈ ਤਾਂ ਇਹ ਹੋ ਗਿਆ ਇਹਦਾ ਪਹਿਲਾ ਟਾਪਿਕ ਦਾ ਬੇਸਿਕ ਪਿਲਰ ਆਫ ਦਾ ਰੈਸ਼ਨਲਾਈਜ਼ੇਸ਼ਨ ਰੈਸ਼ਨਲਾਈਜ਼ਿੰਗ ਫੈਕਟਰ ਥੈਂਕ ਯੂ